ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚਕਾਰ ਤਰੇੜ ਵੱਧਦੀ ਜਾ ਰਹੀ ਹੈ ਜਿੱਥੇ ਵੱਖ-ਵੱਖ ਪ੍ਰਤੀਕਰਮ ਅਤੇ ਪੋਲਿਟੀਕਲ ਡਿਵੈਲਪਮੈਂਟਸ ਵੇਖਣ ਨੂੰ ਮਿਲ ਰਹੀਆਂ ਨੇ ਉੱਥੇ ਹੀ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਭਾਰਤ ਜਾਣ ਲੱਗਿਆਂ ਸੇਵਾਵਾਂ ਜਾਂ ਵੀਜ਼ਾ ਸਰਵਿਸਿਜ਼ ਕਿਤੇ ਠੱਪ ਤੇ ਨਹੀਂ ਹੋ ਜਾਣਗੀਆਂ ਅਜਿਹੇ ਵਿੱਚ ਇਮੀਗ੍ਰੇਸ਼ਨ ਐਕਸਪਰਟ ਨਿਤਨ ਚੱਡਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਦੀ ਘੜੀ ਵਿੱਚ ਤਾਂ ਇਹ ਸਥਿਤੀ ਨਹੀਂ ਪਰ ਭਵਿਕ ਵਿੱਚ ਅਜਿਹੀ ਸੰਭਾਵਨਾ ਹੋ ਸਕਦੀ ਹੈ ਜੀ ਬਿਲਕੁਲ ਜਿਹੜਾ ਹੁਣ ਇੰਡੀਆ ਕੈਨੇਡਾ ਦਾ ਟਸਲੋ ਤੇ ਅੱਗੇ ਆਪਣੀ ਜਿਹੜੇ ਰਿਲੇਸ਼ਨਸ ਨੇ ਉਹਦੇ ਕਰਕੇ ਆਬਵੀਅਸਲੀ ਡਿਪਲੋਮੈਟਸ ਜਾਣ ਕਰਕੇ ਜਿਹੜਾ ਕਾਉਂਸਲੇਟ ਦਾ ਕੰਮ ਹੈ ਉਹ ਇਫੈਕਟ ਕਰੇਗਾ ਇਹਦਾ ਇਮੀਡੀਏਟ ਇਫੈਕਟ ਤੇ ਹੁਣ ਨਹੀਂ ਆਇਆ ਬਟ ਸਲੋਲੀ ਇਨ ਗ੍ਰੈਜੂਅਲਿਟ ਵਿਲ ਕਮ ਬਿਕਾਉਜ਼ ਕੀ ਹੈ ਨਾ ਜਿਵੇਂ ਕਈ ਸਰਵਿਸਿਜ਼ ਦਿੰਦੇ ਨੇ ਜਿਵੇਂ ਪਾਸਪੋਰਟ ਸਰਵਿਸਿਜ਼ ਰੀਨਿਊਅਲ ਸਰਵਿਸਿਜ਼ ਹੋ ਗਈ ਪੀਸੀਸੀ ਪੁਲਿਸ ਕਲੀਅਰੈਂਸ ਸਰਵਿਸਿਜ਼ ਹੋ ਗਈ ਉਹਦੇ ਇਲਾਵਾ ਲੋਕਾਂ ਨੇ OCI ਅਪਲਾਈ ਕਰਨੇ ਨੇ ਇਹਦੇ ਇਲਾਵਾ ਲੋਕਾਂ ਨੇ ਆਪਣੀ ਪੀਓਏ ਦੇਣੀ ਹੁੰਦੀ ਬੇਸਿਕਲੀ ਪਾਵਰ ਆਫ ਔਟਾਰਨੀ ਤੇ ਇਫੈਕਟ ਨਹੀਂ ਹੈ ਜਿਵੇਂ ਲਾਸਟ ਟਾਈਮ ਉਹਨਾਂ ਨੇ ਇੱਕਦਮ ਈ ਵੀਜ਼ਾ ਬੰਦ ਕਰਤੇ ਸੀ ਔਰ ਬਹੁਤ ਵੀਜ਼ਾ ਸਰਵਿਸਿਜ਼ ਨੂੰ ਜਲਦੀ ਇਫੈਕਟ ਕਰਤਾ ਸੀ ਉਹ ਇਸ ਵੇਲੇ ਨਹੀਂ ਹੋਇਆ ਤੇ ਲੱਗਦਾ ਪਿਆ ਸ਼ਾਇਦ ਦੋਨੋਂ ਕਿਉਂਕਿ ਆਬਵੀਅਸਲੀ 6 ਮਹੀਨੇ ਪਹਿਲੇ ਹੋ ਚੁੱਕੇ ਅਸੈਸਮੈਂਟ ਤੋਂ ਉਹਦੇ ਨਾਲ ਬਹੁਤ ਸਾਰੀ ਡਿਫਿਕਲਟੀਜ਼ ਆਈ ਸੀ ਸ਼ਾਇਦ ਡਿਪਲੋਮੈਟਿਕ ਲੈਵਲ ਤੇ ਥੋੜਾ ਉਸ ਹਿਸਾਬ ਨਾਲ ਨਹੀਂ ਚੱਲੇਗਾ ਬਟ ਯੈਸ ਇਟ ਵਿਲ ਹੈਵ ਅ ਬਿਗਰ ਇੰਪੈਕਟ ਬੀਤੇ ਸਾਲ ਭਾਰਤ ਅਤੇ ਕੈਨੇਡਾ ਵਿਚਾਲੇ ਖੜੀ ਹੋਈ ਤਣਾਅਪੂਰਨ ਸਥਿਤੀ ਵਿਚਾਲੇ ਭਾਰਤ ਨੇ ਕੈਨੇਡੀਅਨ ਲੋਕਾਂ ਲਈ ਵੀਜ਼ਾ ਸੇਵਾਵਾਂ ਨੂੰ ਕੁਝ ਸਮੇਂ ਲਈ ਮੁਅੱਤਲ ਕਰ ਦਿੱਤਾ ਸੀ ਜਿਸ ਕਾਰਨ ਮੌਜੂਦਾ ਹਾਲਾਤਾਂ ਵਿਚਾਲੇ ਕਈ ਲੋਕਾਂ ਦੇ ਮਨ ਵਿੱਚ ਅਨਿਸ਼ਚਿਤਤਾ ਵੱਧ ਰਹੀ ਹੈ ਕਿ ਉਹ ਅਗਲੀ ਯਾਤਰਾ ਕਰਨ ਦੇ ਯੋਗ ਹੋਣਗੇ ਜਾਂ ਨਹੀਂ ਇਮੀਗ੍ਰੇਸ਼ਨ ਸੇਵਾਵਾਂ ਪ੍ਰਦਾਨ ਕਰਨ ਵਾਲੇ ਨਿਤਿਨ ਚੱਡਾ ਅਨੁਸਾਰ ਭਾਰਤ ਅਤੇ ਕੈਨੇਡਾ ਵਿਚਾਲੇ ਮੌਜੂਦਾ ਸਥਿਤੀ ਕਾਰਨ ਦੋਵੇਂ ਮੁਲਕਾਂ ਤੋਂ ਵਿਜ਼ਿਟਰਸ ਜਾਂ ਵੀਜ਼ਾ ਸੀਕਰ ਜਾਣਕਾਰੀ ਇਕੱਤਰ ਕਰ ਰਹੇ ਹਨ ਪਰ ਸੋਸ਼ਲ ਮੀਡੀਆ ਤੇ ਸਰਕੂਲੇਟ ਹੋ ਰਹੀਆਂ ਖਬਰਾਂ ਪੂਰਨ ਤੌਰ ਤੇ ਸੱਚ ਨਹੀਂ ਜਿਸ ਕਾਰਨ ਗਲਤਫਹਿਮੀ ਵੱਧ ਸਕਦੀ ਹੈ ਆਈ ਊਡ ਜਸਟ ਅਰਜ एवरीवन ਕਿ ਤੁਸੀਂ ਸੋਸ਼ਲ ਮੀਡੀਆ ਦੀ ਰਿਪੋਰਟਸ ਤੇ ਜ਼ਿਆਦਾ ਧਿਆਨ ਨਾ ਦਿਓ एवोजी सिचुएशन हमें नहीं आई है कि कोई वॉर सिचुएशन नहीं है कि बिकॉज सोशल मीडिया से जो अखते हैं सोचा जमें कोई इंडिया की वॉर शुरू होगी गई एवजा कुछ नहीं है एवरीथिंग इज़ स्मूथ यस देर आर सम डिपलोमैटिक इशूज बिटवीन द टू कंट्रीज़ जिद इत हम यूके भी अच्छ आ गए हैं विचे एंड यू एस इज़ आलसो ट्राइंग टू मीडिएट तो एद सोलूशन कुछ ना कुछ जरूर निकलेगा बट डोंट पैनिक एंड कोई ई e वीज़ा बंद नहीं हुए कोई वीज़ा सर्विसिज़ बंद नहीं हुई डिले जरूर हो बट स्लोली एंड ग्रेजुअली इट शुड एक्चुअली सैटल डाउन और जोड़ा भी तुडा प्रोसैस है चलता रहेगा अगर तुम्हें तो कैनेडा तो फाइल है अपनी इंडिया जाने वास्त अगर इंडिया तो फाइल लाइ हैं तो आने वास्ते वो भी चलती रहोगी यस देर इज ओवरऑल रिफॉर्म्स आ रहे हैं इमीग्रेशन कैनडा के अंदर तो वो करके कुछ डिले जरूर है एंड उद्देश्य करके ओबियसली दे आर फिल्टरिंग अप तो कुछ चेंजेस जरूर आए हैं वह करके यू मे भी इफेक्टिड बट इस जरा इंडिया कैनडा करके बहुत ज्यादा इम्पैक्ट हमने नहीं आया एंड वी सी दैट इट विल डाउन ईजीली ਸਰੀ ਦੇ BLS ਇੰਡੀਆ ਵੀਜ਼ਾ ਐਪਲੀਕੇਸ਼ਨ ਸੈਂਟਰ ਵਿੱਚ ਸੇਵਾਵਾਂ ਲੈਣ ਲਈ ਪਹੁੰਚੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਮੌਜੂਦਾ ਸਥਿਤੀ ਵਿੱਚ ਆਵਾਜਾਈ ਅਤੇ ਸੇਵਾਵਾਂ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡੈਫੀਨਿਟਲੀ ਇੰਪੈਕਟ ਪਏਗਾ ਦੈਟਸ ਵਾਈ ਦੇਰ ਇਜ਼ ਅ ਕ੍ਰੀਏਟਿਡ ਪੈਨਿਕ ਇਨ ਦਾ ਅਮੰਗ ਆਲ ਦਾ ਇੰਡੀਅਨਸ ਟੂ ਟੂ ਦੈਟ एवरीवन ਇਜ਼ ਹੇਅਰ ਇਨ ਦਮ ਫਰਮ ਦਮ ਮਾਰਨਿੰਗ ਵਨ ਇਜ਼ ਗਾਇ ਵਨ ਗਾਇ ਫਰਮ 2 ਏਮ ਸਟਾਰਟਿੰਗ ਯਾ ਮੈਨੂੰ ਨਹੀਂ ਲੱਗਦਾ ਕੈਨੇਡਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਰਵਿਸ ਤੇ ਕੋਈ ਇੰਪੈਕਟ ਪੈ ਸਕਦਾ ਵਾ ਬਿਕੋਜ਼ ਲੋਕ ਇਥੋਂ ਦੇ ਬਹੁਤ ਹੀ ਜ਼ਿਆਦਾ ਸਮਝਦਾਰ ਰਹਿੰਦੇ ਗਏ ਇਹ ਜੋ ਪੋਲਿਟੀਕਲ ਜੋ ਵੀ ਪਾਲਿਸੀ ਸਾਰੀਆਂ ਨੇ ਕੋਈ ਕੁਝ ਟਾਈਮ ਦਾ ਤਣਾਅ ਤੇ ਸਟ੍ਰੈਸ ਦੇਣਗੇ ਬਟ ਮੈਨੂੰ ਹੀ ਲੱਗਦਾ ਕਿਸੇ ਵੀ ਤਰ੍ਹਾਂ ਦੀ ਕੋਈ ਇੰਪੈਕਟ ਪਾਊਗਾ ਦੇਖੋ ਜੀ ਐਜ਼ ਆਫ ਰਾਈਟ ਨਾਓ ਜਿੰਤਾ ਮੈਨੂੰ ਲੱਗਦਾ ਵਾ ਜੀ ਸਰਵਿਸਸਸ ਤਾਂ ਅੱਗੇ ਬਹੁਤ ਜ਼ਿਆਦੀਆਂ ਡਿਲੇਡ ਆ ਮੋਰ ਦੈਨ ਇਟ ਨੀਡਸ ਟੂ ਬੀ ਐਂਡ ਲਾਈਕ ਵਿਦ ਦਾ ਅਪਕਮਿੰਗ ਇਵੈਂਟਸ ਆਈ ਥਿੰਕ ਇਟਸ ਗਨ ਟੂ ਗੈਟ ਵਰਸ ਦੈਟਸ ਵਾਟ ਆਈ ਥਿੰਕ ਆਈ ਥਿੰਕ ਇਟ ਵਿਲ ਇਫੈਕਟ ਯਾ ਕਿਉਂਕਿ ਲੋਕਾਂ ਨੂੰ ਪਹਿਲਾਂ ਹੀ ਅਪਾਇੰਟਮੈਂਟਸ ਨਹੀਂ ਮਿਲਦੀਆਂ ਤੇ ਇੱ ਸੋ ਹੋਰ ਵੀ ਹਾਰਡ ਹੋਵੇਗਾ ਅਗਰ ਆਕੇ 2021 ਸੈਂਸਸ ਅਨੁਸਾਰ ਕੈਨੇਡਾ ਵਿੱਚ ਭਾਰਤੀ ਮੂਲ ਦੇ ਲਗਭਗ 1.4 ਮਿਲੀਅਨ ਲੋਕ ਵਸਦੇ ਹਨ ਅਤੇ ਦੋਵੇਂ ਮੁਲਕਾਂ ਵਿਚਾਲੇ ਵੱਡੇ ਪੱਧਰ ਤੇ ਯਾਤਰਾ ਕੀਤੀ ਜਾਂਦੀ ਹੈ ਅਜਿਹੇ ਵਿੱਚ ਆਵਾਜਾਈ ਸੰਬੰਧੀ ਸੇਵਾਵਾਂ ਵਿੱਚ ਕਿਸੇ ਵੀ ਪ੍ਰਕਾਰ ਦਾ ਵਿਗਨ ਲੋਕਾਂ ਲਈ ਮੁਸ਼ਕਲ ਆ ਵਧਾ ਸਕਦਾ ਹੈ ਪਰ ਲੋਕਾਂ ਨੂੰ ਵੀ ਆਸ ਹੈ ਕਿ ਹਾਲ ਦੀ ਘੜੀ ਦੇ ਹਾਲਾਤ ਇਮੀਗ੍ਰੇਸ਼ਨ ਸੇਵਾਵਾਂ ਵਿੱਚ ਕੋਈ ਅੜਿੱਕੇ ਪੇਸ਼ ਨਹੀਂ ਕਰਨਗੇ ਪਰਮੀਤ ਕਾਮਰਾ ਓਮਨੀ ਨਿਊਜ਼ ਸਰੀ